ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਕਰਨਕ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀ ਵੱਡੀ ਪਰੇਸ਼ਾਨੀ ਪਰਖ ਉੱਠੇ ਕਿਸਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਨਾਲ ਹੀ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਤੁਸੀਂ ਉੱਤੇ ਜਾ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਕਰਨਾਲ ਦੇ ਇੰਦਰੀ ਵਿੱਚ ਕਰਨਾਲ ਯਮਨਾ ਨਗਰ ਸਟੇਟ ਹਾਈਵੇ ਤੇ ਕਿਸਾਨਾਂ ਤੇ ਆਰਤੀਆਂ ਨੇ ਜਾਮ ਲਗਾ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਗੇਟ ਪਾਸ ਬਾਹਰਦਾਨੇ ਲਿਫਟਾਂ ਆਦਿ ਦੀ ਸਮੱਸਿਆ ਆ ਰਹੀ ਹੈ ਅਜੇ ਸਥਿਤੀ ਵਿੱਚ ਕਿਸਾਨਾਂ ਨੇ ਸੜਕ ਜਾਮ ਕਰਕੇ ਮੰਡੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਧਿਕਾਰੀ ਉਹਨਾਂ ਨੂੰ ਮਨੋਂ ਨਹੀਂ ਵੀ ਆਏ ਪਰ ਜਾਮ ਜਾਰੀ ਰਿਹਾ ਕਣਕ ਦੀ ਖਰੀਦ ਨੂੰ ਲੈ ਕੇ ਨਿਰੰਤਰ ਸਮੱਸਿਆ ਬਣੀ ਹੋਈ ਹੈ ਕਦੇ ਮੈਸੇਜ ਵਾਲੀਆਂ ਮੁਸ਼ਕਲਾਂ ਕਦੇ ਆਰਟੀਆਂ ਦੇ ਕੰਮ ਨਾ ਕਰਨ ਦੀ ਸਮੱਸਿਆ ਕਦੇ ਬਾਹਰ ਦਾਣੇ ਦਾ ਨਾਂ ਲਿਖਣਾ ਇਹ ਹੀ ਹਾਲਕਰਨ ਦੇ ਇੰਦਰੀਆਂ ਆਜ਼ ਮੰਡੀ ਦਾ ਵੀ ਹੈ ਲੋਡਿੰਗ ਦੀ ਕਾਰਨ ਬਾਜ਼ਾਰ ਭਰਿਆ ਹੋਇਆ ਹੈ ਅਤੇ ਕਿਸਾਨ ਕਾਰਜਿਸ ਕਾਰਨ ਮਾਰਕੀਟ ਵਿੱਚ ਜਗ੍ਹਾ ਨਹੀਂ ਬਚੀ ਤੇ ਨਵੀਆਂ ਟਰਾਲੀਆਂ ਨਹੀਂ ਆ ਸਕਦੀਆਂ ਕਿਸਾਨਾਂ ਨੇ ਯਮਨਾ ਨਗਰ ਤੋਂ ਕਿਰਨਾਲ ਨੂੰ ਜਾਂਦਾ ਰਾਜਮਾਰਗ ਜਾਮ ਕਰ ਦਿੱਤਾ ਕਿਸਾਨਾਂ ਤੇ ਆੜਤੀਆਂ ਦੇ ਜਾਮ ਤੋਂ ਬਾਅਦ ਖੁਰਾਕ ਸਪਲਾਈ ਅਧਿਕਾਰੀ ਐਸਜੀਐਮ ਮੌਕੇ ਤੇ ਪਹੁੰਚਦੇ ਕਿਸਾਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਉਹਨਾਂ ਦੀ ਇੱਕ ਨਾ ਸੁਣੀ ਜਦੋਂ ਕਣਕ ਦੀ ਖਰੀਦ ਕੀਤੀ ਜਾਣੀ ਸੀ ਦੋਵਾਂ ਖਰੀਦ ਏਜੰਸੀ ਹੈ ਫੇਡ ਅਤੇ ਡੀ ਐਫ ਐਸ ਸੀ ਵੱਲੋਂ 92 ਵਾਹਨ ਦਿਖਾਏ ਗਏ ਸੀ ਜੋ ਕਿ ਲੋਡਿੰਗ ਕਰਨੇ ਸੀ ਪਰ ਹੁਣ ਠੇਕੇਦਾਰ ਦੀ ਤਰਫੋਂ ਸਿਰਫ 30 ਦੇ ਕਰੀਬ ਵਾਹਨ ਬਾਜ਼ਾਰ ਵਿੱਚ ਲੋਡਿੰਗ ਕਰ ਰਹੇ ਹਨ ਜਿਸ ਕਾਰਨ ਲੋਡਿੰਗ ਕੰਮ ਵਿੱਚ ਦੇਰੀ ਹੋ ਰਹੀ ਹੈ ਜਿਸ ਦਿਨ ਤੋਂ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਮੰਡੇ ਦੀ ਸਥਿਤੀ ਖਰਾਬ ਹੈ ਕੁਝ ਘੰਟਿਆਂ ਵਿੱਚ ਸੁਧਾਰ ਦਿਖਦਾ ਹੈ ਅਤੇ ਫਿਰ ਕੁਝ ਹੋਰੀ ਸ਼ੁਰੂ ਹੋ ਜਾਂਦਾ ਹੈ ਖਬਰ ਨੂੰ ਅੰਤ ਤੱਕ ਦੇਖ ਲਈ